सतनाम श्री वाहे गुरु साहेब जी। सूही महला पहला घर छेवां इक्योंकार सतगुर प्रसाद पूजल कहा चिलकना कोटम कालड़ी मस धोतिया जूठ ना उतरै जे सौ धोवा तिस पूजल कहा चिलकना कोटम कालड़ी मस धोतिया जूठ ना उतरै जे सौ धोवा तिस सज्जन सेई नाल मैं चलदिया नाल चलन जिथे लेखा मंगिए तिथे खड़े दिसन रहाओ कोठे मंडप माड़िया पास्यों चितवियां टठियां कामना आवनी विच्यों सखणियां बग्गा बग्गे कपड़े तीरथ मांझ वसन कुट कुट जियां खावणे बग्गे ना कहियन सिमल रुख शरीर मैं जन देख पुलन से फल कामना आवनी ते गुण मैं तन हन अंदुले भार उठाया डूगर वाट बहुत अखी लोड़ी नाल हौ चढ़ लंगा कित चाकरिया चंगियाइया अवर सियाणप कित नानक नाम संभाल तू बद्दा छुट्टे जित चाकरिया चंगियाइया अवर सियाणप कित नानक नाम संभाल तू बद्दा छुट्टे जित वाहे गुरु जी का खालसा वाहे गुरु जी की फतेह। सूही महला पहला घर छेवां एक ओंकार सतगुरु प्रसाद मैं कहें दा साफ लिशकमा भांडा कसाया तां उस विचों माड़ी माड़ी काली स्याही लग गई जे मैं 100 वारी भी कहें दे भांडे नूं धोवां साफ करां तां भी बाहरों धोण नाल उसदी अंदरली जूठ कालक दूर नहीं हुंदी मेरे असल मित्र उही हन जो सदा मेरे नाल रहन ते इत्थों तुरन वेले भी मेरे नाल ही चलन अगां
ਜਿੱਥੇ ਕੀਤੇ ਕਰਮ ਦਾ ਹਿਸਾਬ ਮੰਗਿਆ ਜਾਂਦਾ ਹੈ ਉੱਥੇ ਅਚੱਕ ਹੋ ਕੇ ਹਿਸਾਬ ਦੇ ਸਕਣ, ਭਾਵ ਹਿਸਾਬ ਦੇਣ ਵਿੱਚ ਕਾਮਯਾਬ ਹੋ ਸਕਣ। ਰਹਾਉ, ਜਿਹੜੇ ਘਰ ਮੰਦਰ ਮਹਿਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ ਪਰ ਅੰਦਰੋਂ ਖਾਲੀ ਹੋਣ, ਉਹ ਢਹਿ ਜਾਂਦੇ ਹਨ ਤੇ ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ। ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵਸਦੇ ਵੀ ਉਹ ਤੀਰਥਾਂ ਉੱਤੇ ਹੀ ਹਨ, ਪਰ ਜੀਆਂ ਨੂੰ ਗਟਲੋਂ ਘੁੱਟ ਘੁੱਟ ਕੇ ਖਾ ਜਾਣ ਵਾਲੇ ਅੰਦਰੋਂ ਸਾਫ਼ ਸੁਥਰੇ ਨਹੀਂ ਆਖੇ ਜਾਂਦੇ। ਜਿਵੇਂ ਸਿੰਬਲ ਦਾ ਰੁੱਖ ਹੈ ਤਿਵੇਂ ਮੇਰਾ ਸਰੀਰ ਹੈ। ਸਿੰਬਲ ਦੇ ਫਲਾਂ ਨੂੰ ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ, ਸਿੰਬਲ ਦੇ ਉਹ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ। ਉਹੋ ਜਿਹੇ ਹੀ ਗੁਣ ਮੇਰੇ ਸਰੀਰ ਵਿੱਚ ਹਨ। ਮੈਂ ਅੰਨੇ ਨੇ ਸਿਰ ਉੱਤੇ ਵਿਕਾਰਾਂ ਦਾ ਭਾਰ ਚੁੱਕਿਆ ਹੋਇਆ ਹੈ। ਅਗਾਂਹ ਮੇਰਾ ਜੀਵਨ ਪੰਥ ਬੜਾ ਪਹਾੜੀ ਰਸਤਾ ਹੈ। ਅੱਖਾਂ ਨਾਲ ਭਾਲ ਲਿਆ ਪੀ ਮੈਂ ਰਾਹ ਖੇੜਾ ਲੱਭ ਨਹੀਂ ਸਕਦਾ ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿੱਚ ਕਿਸ ਤਰੀਕੇ ਨਾਲ ਪਹਾੜੀ ਤੇ ਚੜ੍ਹ ਕੇ ਮੈਂ ਪਾਰ ਲੰਘਾਂ? ਏ ਨਾਨਕ, ਪਹਾੜੀ ਰਸਤੇ ਵਰਗੇ ਵਿਖੜੇ ਜੀਵਨ ਪੰਧ ਵਿੱਚੋਂ ਪਾਰ ਲੰਘਣ ਲਈ ਦੁਨੀਆ ਦੇ ਲੋਕਾਂ ਦੀਆਂ ਖੁਸ਼ਾਮਦਾਂ, ਲੋਕ ਦਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ। ਮਾਇਆ ਦੇ ਮੋਹ ਵਿੱਚ ਬੱਝਾ ਹੋਇਆ ਤੂੰ ਇਸ ਨਾਮ ਸਿਮਰਨ ਦੀ ਰਾਹੀਂ ਹੀ ਮੋਹ ਦੇ ਬੰਧਨਾਂ ਤੋਂ ਖਲਾਸੀ ਪਾ ਸਕੇਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।